देश और दुनिया में श्री गुरु रविदास महाराज जी के प्रकाश उत्सव मनाया जा रहा है। श्री गुरु रविदास महाराज जी के प्रकाश उत्सव को लेकर डेरा सचखंड बल्ला आज जलंधर में एक स्पेशल ट्रेन काशी बनारस रवाना की गई। स्पेशल ट्रेन में सैकड़ों की संख्या में श्रद्धालु काशी बनारस को रवाना हुए। इस दौरान डेरा सचखंड बल्ला के संत श्री निरंजन दास जी महाराज की अचानक तबीयत खराब हो गई और उन्हें तुरंत चेकअप करने के लिए अस्पताल ले जाया गया। आप सांसद सुशील कुमार रिंकू ने महाराज जी की तबीयत खराब होने की पुष्टि की और कहा कि कोई परेशानी वाली बात नहीं है, वह जल्द ही स्वस्थ हो जाएंगे। डेरा सचखंड बला की श्री गुरु रविदास महाराज जी के प्रकाश उत्सव के उपलक्ष्य में एक स्पेशल ट्रेन जलंधर से काशी बनारस को भेजी गई। ट्रेन में जाने वाले श्रद्धालुओं ने कहा कि वह आज बहुत खुश है कि श्री गुरु रविदास महाराज के प्रकाश उत्सव को लेकर डेरा सचखंड बला की तरफ से उनके लिए स्पेशल ट्रेन चलाई गई और वह काशी बनारस पहुंचकर श्री गुरु रविदास महाराज जी के प्रकाश उत्सव को मनाएंगे। वहीं जलंधर के आप सांसद सुशील कुमार रिंकू ने कहा कि कबीर दास महाराज जी के प्रकाश उत्सव को लेकर 23 दुनिया में सब बसे लोगों को बधाई देते हैं और कहा कि हर साल की तरह इस साल भी श्री गुरु रविदास महाराज जी का प्रकाश उत्सव बड़ी धूमधाम से मनाया जा रहा है और जहां से स्पेशल रेलगाड़ी काशी बनारस को भेजी गई है जहां श्रद्धालु जाकर श्री गुरु रविदास महाराज जी के प्रकाश उत्सव मनाएंगे। श्री गुरु रविदास के प्रकाश पुरब को लेके ट्रेन इधर जा रही है। हां जी, की कहना चाहूंगा मैं संत कहना है, मैं बहुत बड़ा बहुत बड़ा दिखा गया है अपने बुला को। हां जी, संत जी बहुत बहुत सारी संत बहुत बहुत मुबारकां जी हर सारी संत। हां जी, डेरा मुखी भी कुछ नाल जा रहे हैं बाबा जी। आज बाबा जी संत निरंजन दास जी बाबा जी जा रहे हैं। हां जी, पूरी संगत नु लेके जा रहे हैं दर्शन ले। इंतजाम किए गए संकर लंगर
ਲੰਗਰ ਸਾਹਿਬ ਤੋਂ ਯਾਤਰਾ ਪੂਰੇ ਦੀ ਪ੍ਰਮੰਗ ਕੀਤੇ ਗਏ। ਭਾਜੀ ਕੀ ਨਾਮ ਹੈ ਤੁਹਾਡਾ? ਪਰਸ਼ੋਤਮ ਲਾਲ ਜੀ। ਬੜੇ ਚੰਗੇ ਕੰਮ ਵਾਸਤੇ ਟ੍ਰੇਨ ਜਾ ਰਹੀ ਹੈ, ਕਿਸ ਤਰ੍ਹਾਂ ਦੇਖ ਰਹੇ ਹਰ ਇੱਕ ਚੀਜ਼ ਨੂੰ, ਕਿਵੇਂ ਮਾਹੌਲ ਹੈ ਇਸ ਵਕਤ? ਅਜੇ ਮਾਹੌਲ ਬਹੁਤ ਹੀ ਵਧੀਆ, ਜੋ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 647 ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਕਾਸ਼ੀ ਬਨਾਰਸ ਜਾ ਰਹੀ ਹੈ ਸੰਗਤ। ਅਸੀਂ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਕੀ ਕਹਿਣਾ ਚਾਹੋਗੇ, ਕਿਵੇਂ ਦੇ ਇੰਤਜ਼ਾਮ ਨੇ? ਟ੍ਰੇਨ ਜਾ ਰਹੀ ਹੈ, ਕਾਫੀ ਸ਼ਰਧਾਲੂ ਨੇ, ਖੁਦ ਜਿਹੜੇ ਬਾਬਾ ਜੀ ਨਾਲ ਜਾ ਰਹੇ ਨੇ ਇਸ ਟ੍ਰੇਨ ਦੇ ਵਿੱਚ, ਕਿਵੇਂ ਕੀ ਕਹਿਣਾ ਚਾਹੋਗੇ? ਇਹ ਡੇਰਾ ਸੱਚਖੰਡ ਬੱਲਾ ਵੱਲੋਂ ਜਾਣੀ ਕਿ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ, ਸੰਗਤ ਨੂੰ ਬਨਾਰਸ ਲਿਜਾਣ ਲਈ ਤੇ ਉੱਥੇ ਰਹਿਣ ਲਈ ਵੀ ਪੂਰੇ ਬੰਦੋਬਸਤ ਕੀਤੇ ਗਏ ਹੋਏ ਨੇ ਜੀ, ਖਾਣ ਪੀਣ ਦਾ ਪੂਰਾ ਬੰਦ ਜੀ। ਮੈਂ ਘੱਟੋ ਘੱਟ 10-11 ਵਾਰ ਜਾ ਰਿਹਾ ਜੀ। ਲਗਾਤਾਰ ਹਰ ਸਾਲ ਜਾਂਦੇ ਹੋ ਤੁਸੀਂ? ਨਹੀਂ, ਇਸ ਟਾਈਮ ਮੈਂ 3 ਸਾਲ ਦਾ ਗੈਪ ਪਾ ਕੇ ਜਾ ਰਿਹਾ ਜੀ। ਤੇ ਕਿੰਨੇ ਕੁ ਜਿਹੜੇ ਸ਼ਰਧਾਲੂ ਜਾ ਰਹੇ ਨੇ ਟੋਟਲ, ਕਿੰਨੀ ਕੁ ਸੰਖਿਆ? ਸ਼ਰਧਾਲੂਆਂ ਦੀ ਕੋਈ ਗਿਣਤੀ ਨਹੀਂ ਹੈਗੀ ਜੀ, ਜਾਣੀ ਕਿ ਕਹਿ ਲਓ ਵੀ ਸਾਰਾ ਪੰਜਾਬ ਤਕਰੀਬਨ ਆਲ ਇੰਡੀਆ ਜਾ ਰਿਹਾ, ਆਲ ਵਰਲਡ ਤੋਂ ਸੰਗਤ ਆ ਰਹੀ ਹੈ ਜੀ। ਦੀ ਤਰ੍ਹਾਂ ਸਾਡੇ ਰੈਬਰ ਸੰਤ ਮਹਾਰਾਜ ਨਰਿੰਦਰ ਦਾਸ ਜੀ, ਉਹਨਾਂ ਦੀ ਰਹਿਨੁਮਾਈ ਦੇ ਵਿੱਚ, ਡੇਰਾ ਸੱਚਖੰਡ ਬੱਲਾ ਦੀ ਰਹਿਨੁਮਾਈ ਦੇ ਵਿੱਚ ਜਿਹੜੀ ਟ੍ਰੇਨ ਹੈ, ਹਰ ਸਾਲ ਇੱਥੋਂ ਬਾਬਾ ਜੀ ਹਜ਼ਾਰਾਂ ਸੰਗਤਾਂ ਨੂੰ ਜਨਮ ਸਥਾਨ ਕਾਸ਼ੀ ਬਨਾਰਸ ਵਿੱਚ ਉਹਨਾਂ ਦੇ ਜਿਹੜੇ ਹੈ ਦਰਸ਼ਨਾਂ ਲਈ ਲੈ ਕੇ ਜਾਂਦੇ ਹਨ। ਗੁਰੂ ਮਹਾਰਾਜ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਆਗਮਨ ਪਰਵ ਮਨਾ ਰਹੇ ਹਨ। ਉਹ ਅੱਜ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਜਿਹੜੀ ਜਾ ਰਹੀ ਹੈ, ਔਰ ਉਸ ਤੋਂ ਵੀ ਜ਼ਿਆਦਾ ਸੰਗਤ ਹੈ ਜਿਹੜੀ ਸਵਾਗਤ ਕਰਨ ਦੇ ਲਈ, ਸੰਗਤ ਨੂੰ ਸੀ ਓਫ ਕਰਨ ਦੇ ਲਈ ਸਟੇਸ਼ਨ ਦੇ ਉੱਤੇ ਪਹੁੰਚੀ। ਸੋ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪਰਵ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੈ ਗੁਰਦੇਵ, ਧੰਨ ਗੁਰਦੇਵ। ਬਾਬਾ ਜੀ ਤਬੀਅਤ ਨੂੰ ਕੀ ਹੋਇਆ? ਬਾਬਾ ਜੀ ਨੂੰ ਮਾਈਨਰ ਜਿਹਾ ਬੁਖਾਰ ਹੈ, ਬਸ ਥੋੜ੍ਹਾ ਜਿਹਾ ਚੈੱਕਅਪ ਕਰਵਾਉਣ ਲਈ ਗਏ ਆ, ਤਾਂ ਕੋਈ ਐਸੀ ਗੱਲ ਨਹੀਂ, ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਹੈ, ਥੋੜ੍ਹਾ ਜਿਹਾ ਫੀਵਰ ਸੀਗਾ, ਇਸ ਕਰਕੇ ਉਹ ਵੀਕਨੈਸ ਜਿਹੜੀ ਹੈ ਫੀਲ ਕਰ ਰਹੇ ਸੀ। ਠੀਕ ਹੈ।